ਬਾਬਾ ਜਗਜੀਤ ਸਿੰਘ ਜੀ ਤੁਹਾਨੂੰ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਬਾਬਾ ਜੁਝਾਰ ਸਿੰਘ ਜੀ ਤੁਹਾਨੂੰ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਬਾਬਾ ਜੋਰਾਵਰ ਸਿੰਘ ਜੀ ਤੁਹਾਨੂੰ ਧੰਨ ਹੈ ਜੀ ਧੰਨ ਹੈ ਧੰਨ ਹੈ, ਬਾਬਾ ਫਤਿਹ ਸਿੰਘ ਜੀ ਤੁਹਾਨੂੰ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਮਾਤਾ ਗੁਜਰ ਕੌਰ ਜੀ ਤੁਹਾਨੂੰ ਹੈ, ਪੰਜਾਂ ਪਿਆਰਿਆਂ ਦੇ ਨਾਮ ਠੀਕ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਭਾਈ ਧਰਮ ਸਿੰਘ ਜੀ ਤੁਹਾਨੂੰ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਭਾਈ ਮੋਹਕਮ ਸਿੰਘ ਜੀ ਤੁਹਾਨੂੰ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਭਾਈ ਹਿੰਮਤ ਸਿੰਘ ਜੀ ਤੁਹਾਨੂੰ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਭਾਈ ਸਾਹਿਬ ਸਿੰਘ ਜੀ ਤੁਹਾਨੂੰ ਹੈ, ਧੰਨ ਹੈ ਜੀ ਧੰਨ ਹੈ ਧੰਨ ਹੈ, ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰੋ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਮੈਂ ਬੋਲ ਲੱਗੀ ਨਾ ਅੱਜ ਸਾਡੇ ਚ ਅੱਜ ਦੱਸੋ ਕਿੱਥੇ ਜਾਣਾ ਅੱਜ ਫਤਿਹ, ਪਹਿਲਾਂ ਸਕੂਲ, ਸਕੂਲ ਤੋਂ ਆ ਕੇ ਫਿਰ ਆਪਾਂ ਜਾਵਾਂਗੇ ਫਤਿਹਗੜ੍ਹ ਸਾਹਿਬ ਦਰਸ਼ਨਾਂ ਲਈ, ਤੇ ਧੁੰਦ ਵੀ ਬੜੀ ਪੈ ਗਈ ਅੱਜ ਬਾਈ, ਧਰਮ ਸਿੰਘ, ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ, ਖੁਸ਼ਬੂ ਸੈਂਡਵਿਚ ਨੀ ਮਿਲੇ ਹੈਗੇ ਬੇਟਾ, ਮੈਂ ਤੁਹਾਨੂੰ ਪੀਜ਼ਾ ਰੋਲ ਬਣਾ ਦਿੱਤੇ ਨੇ ਆਪਾਂ, ਪੀਜ਼ਾ ਰੋਲ ਠੀਕ ਹੈ, ਚੀਜ਼ ਹੈਲਦੀ ਰਹਿੰਦੀ ਹੈ, ਸੁਣ ਜਾਵੇ ਵੀ ਓਇਲ ਤੋਂ ਬਚ ਜਾਂਦੇ ਨੇ, ਖਾ ਲੋ ਚਲੋ, ਸਵੇਰ ਕਿੱਥੇ ਗਈ ਹੈ, ਤੂੰ 2000 ਬੋਲਦਾ ਸੀ, 1800 ਹਾਂ ਫਿਰ ਜ਼ਿਆਦਾ ਸੀ ਨਾ 2000, ਹੁਣ ਫਟਾਫਟ ਚੇਂਜ ਕਰ ਲੋ ਆਪਣੇ ਕਲੋਥ, ਠੀਕ ਹੈ, ਹੋਰ ਕਦੋਂ ਕਰ ਲੈ, ਉਹ ਵੀ ਉਦੋਂ ਹੀ ਆਪਾਂ ਗੱਡੀ ਚ ਰੱਖ ਦਿੱਤੇ ਸਨ ਤੁਹਾਡੇ ਮੋਰ ਨੇ, ਹਾਂਜੀ ਨਹੀਂ ਡੈਡੀ ਇਹਨਾਂ ਨੇ ਜਲਦੀ ਜਲਦੀ ਪਾ ਲਓ, ਠੀਕ ਹੈ ਠੀਕ ਹੈ, ਓਕੇ ਓਕੇ ਚਲੋ, ਡੈ ਕੇ ਕਿੰਨੇ ਨੇ ਫਰੈਂਡਸ, ਅਸੀਂ ਤਾਂ ਆਪਣੇ ਗੱਡੀ ਚ ਆਪਣਾ ਡਰੈਸ ਅਪ ਚੇਂਜ ਕਰ ਲਿਆ, ਕਿਉਂਕਿ ਮੈਂ ਥੱਲੇ ਪੂਰੇ ਇਨਰਸ ਪਾਏ ਸਨ, ਤੇ ਹੁਣ ਅਸੀਂ ਫਾਈਨਲੀ ਪਹੁੰਚ ਗਏ ਪਾਪਾ ਦੇ ਆਫਿਸ, ਤੇ ਹੁਣ ਅਸੀਂ ਉੱਥੇ ਜਾਵਾਂਗੇ ਤੇ ਫਿਰ ਪਾਪਾ ਆਉਣਗੇ, ਮੈਨੂੰ ਬਹੁਤ ਭੁੱਖ ਲੱਗੀ ਹੈ, ਤੁਸੀਂ ਹਮੇਸ਼ਾ ਭੁੱਖੇ ਰਿਹਾ ਕਰੋ, ਮੈਂ ਘਰ ਨਾ ਕਰੇ ਤੇਰੀ ਅਸਰੀ ਹੋਈ ਤੇ ਕਮਜ਼ੋਰੀ, ਵੇਖ ਥੋੜੇ ਗਾਣੇ ਗਾ ਠੀਕ ਹੈ, ਚਲ ਚਲ ਜਾ
ਕਿਵੇਂ ਹੀ ਰੋਲ ਬਣਿਆ ਫਿਰ ਦਸਤਾਰ ਕਿਉਂ ਨਹੀਂ ਬਣਿਆ ਤੂੰ ਹੈ ਜੋ ਕੁਛ ਪਹੁੰਚ ਗਿਆ ਮੈਂ ਤੈਨੂੰ ਕਿਹਾ ਸੀ 2 ਵਜੇ ਆਉਣਾ ਸਕੂਲ ਤੋਂ ਦੇ ਪੱਠੇ ਹੋ ਨਹੀਂ ਕੀ ਲਿਆ ਫਤਿਹ ਯਾਰ ਮੇਰੇ ਨਾਲ ਨਹੀਂ ਟਿੱਕੀ ਖਾਣੀ ਮੈਨੂੰ ਅੱਛੀ ਨਹੀਂ ਲੱਗਦੀ ਸਮੋਸੇ ਲੈ ਕੇ ਹਾਏ ਮੇਰੇ ਬਾ ਸਿਰ ਨੂੰ ਤੁਸੀਂ ਕਿੰਨੇ ਭੁੱਖੇ ਮੈਂ ਨਹੀਂ ਮੈਂ ਤੇ ਮੰਗਾਈ ਮੈਨੂੰ ਅੱਛੀ ਨਹੀਂ ਲੱਗਦੀ ਮੈਂ ਤੇ ਕੋਲ ਜਾ ਖਾਉਂਗੀ ਹੁਣ ਟਿੱਕ ਜਾ ਚਲੋ ਨਹੀਂ ਮੈਂ ਖਾਣੀ ਨਹੀਂ ਟਿੱਕੀ ਹੁਣ ਆਈ ਖਾਓ ਆਰਾਮ ਨਾਲ ਹੁਣ ਸਿਰ ਤੁਹਾਡੇ ਛੋਟੇ ਛੋਟੇ ਡਰਾਮਿਆਂ ਕਰਕੇ ਆਪਾਂ ਲੇਟ ਹੋ ਜਾਣਾ ਬੇਟਾ ਕੁਛ ਨਹੀਂ ਤੇ ਰੋੜੀ ਨੂੰ ਬੱਚੀ ਹੁਣ ਬਣਦਾ ਪਿਆ ਸਿਰ ਦਾ ਕੁਲਚਾ ਉਧਰ ਕੁਲਚਾ ਬੰਨਾ ਦਿੱਤਾ ਤੇ ਨਾਲ ਹੁਣ ਸਮੋਸਿਆਂ ਨੂੰ ਵੀ ਵੇਖ ਲੈ ਟੱਕਰਾਂ ਮਾਰੀ ਜਾਂਦੀ ਪਈ ਹਾਂ ਸਿਰ 'ਚ ਉਹੀ ਤੇ ਫਤਿਹ ਪਾਪਾ ਨਾਲ ਸ਼ੇਅਰਿੰਗ ਕਰੋ ਟਾਈਮ ਵੀ ਹੋ ਗਿਆ ਨਾ ਲੰਚ ਦਾ ਟਾਈਮ ਵੀ ਹੋ ਗਿਆ ਹੁਣ ਦੇਖ ਲੈ ਇਹਦੇ ਬਾਅਦ ਬਈ ਮੈਨੂੰ ਬਹੁਤ ਭੁੱਖ ਲੱਗਦੀ ਮੈਂ ਇਨਸਾਫ ਫੀਵਰ ਮੈਂ ਵੀ ਖਾਵਾਂਗਾ ਤੂੰ ਬਸ ਕਰ ਕੱਦੂ ਜਿਹਾ ਰਚਦਾ ਹੀ ਨਹੀਂ ਹੈਗਾ ਨਿੱਕਾ ਜਿਹਾ ਸੀਰਤ ਹਾਏ ਰੱਬਾ ਉਹਨੇ ਤੇ ਆਪਣੀ ਟਿਆਉਣੀ ਜੈਕਟ ਵੀ ਲਾਈ ਦੀ ਹੈ ਸੀਤ ਸ਼ਾਰ ਰੱਖ ਵਿੱਚ ਬੇਟਾ ਦਾਦੀ ਮੰਮਾ ਦਾ ਦਾਦੀ ਮੈਨੂੰ ਨਹੀਂ ਲੈਣਾ ਗਰਮੀ ਹੋਈ ਹੈ ਮੰਮੀ ਨੂੰ ਵੀ ਰਸਤੇ ਚ ਲੈ ਆਏ ਸੀ ਤੇ ਹੁਣ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਸੀਰਤ ਨੂੰ ਕੁਛ ਫਰੈਂਡ ਮਿਲ ਗਏ ਨੇ ਪਿਆਰ ਕਰਨ ਵਾਲੇ ਗੱਲਾਂ ਕਰਾਵਾਂਗੇ ਕੜਾ ਪ੍ਰਸ਼ਾਦ ਦੀ ਦੇਗ ਫਿਰ ਮੱਥਾ ਟੇਕਾਂਗੇ ਚਲੋ ਫਤਿਹ ਨਾ ਬਸ ਬਸ Thank you.
ਚਲੋ ਚਲੋ ਬਈ ਚਲੋ ਚਲਾ ਮੇਰੇ ਬੱਚੋ ਆ ਜਾ ਕੀ ਸੋਚਣਾ ਪਿਆ ਲੰਗਰ ਛਕੋ ਸਤਨਾਮ ਵਾਹਿਗੁਰੂ ਜਪੋ ਅਤੇ ਲੰਗਰ ਛਕੋ ਵਾਹਿਗੁਰੂ ਦਾ ਨਾਮ ਲੈ ਕੇ ਸਤਨਾਮ ਸ਼੍ਰੀ ਵਾਹਿਗੁਰੂ ਫਤਿਹ ਜੀ ਹੋਰ ਸੱਜਾ ਜੀ ਲੰਗਰ ਪ੍ਰਸ਼ਾਦਾ ਨਹੀਂ ਉਹ ਰੋੜੀ ਚੁੱਪਗੀ ਹੋਏਗੀ ਫਤਿਹ ਬਿਨਾਂ ਰੋੜੀ ਚੁੱਪਗੀ ਹੋਏਗੀ ਖੂਨ ਚੱਲ ਵਿਖਾ ਮੈਨੂੰ ਉੱਤੇ ਚੜ ਉੱਤੇ ਚੜ ਤੇਰੇ ਸਟੋਰ ਕਿੱਥੇ ਗਏ ਲੈ ਉੱਤੇ ਸਿਰ ਸਿਰ ਕੱਢ ਆਪਣਾ ਫਟਾਫਟ ਹੁਣ ਅਸੀਂ ਚੱਲੇ ਹਾਂ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਲੰਗਰ ਜਿਹੜਾ ਮਿਲੇ ਉਹੀ ਖਾਣਾ ਚਾਹੀਦਾ ਬੜਾ ਟੇਸਟੀ ਇਹਨਾਂ ਪਤਾ ਦਾਲ ਪ੍ਰਸ਼ਾਦਾ ਇੰਨਾ ਟੇਸਟੀ ਪਤਾ ਨੀ ਚੀਮਾ ਜੀ ਸਵੇਰ ਦੀ ਪੈਂਟੀ ਅੱਜ ਫੜੀ ਵਿਚਾਰੇ ਕਰੋ ਬਾਈ ਫਤਿਹ ਫਤਿਹ ਪਰ ਆਓ ਪਾਪਾ ਨੂੰ ਗੱਡੀ ਅੱਗੇ ਕਰਨ ਦੋ ਨਹੀਂ ਆਣਗੇ ਮੈਂ ਨਾ ਇਹਨੂੰ ਮੈਂ ਇਹਨੂੰ ਫਤਿਹ ਨੂੰ ਬੋਲਿਆ ਕਿ ਇਹ ਕਹਿੰਦਾ ਪਿਆ ਮੈਨੂੰ ਟੈਂਪਰੇਰੀ ਟੈਟੂ ਬਣਵਾ ਦਿਓ ਹਨ ਮੈਂ ਕਿਹਾ ਤੁਸੀਂ ਮੈਮ ਮੈਂ ਲਾਈਵ ਕਾਲ ਲਾਵਾਂ ਨਹੀਂ ਟੈਟੂ ਮੈਂ ਜਾਂਦੇ ਛਾਪ ਦੇ ਹਨੇ 2 ਮਿੰਟ ਲੱਗਣੇ ਨੇ ਬਸ ਪੈਂਟ ਲਾਈ ਪਿੱਛੇ ਚੱਪਲ ਦੇ ਨਾਲ ਮੈਂ ਉੱਤੇ ਲਾ ਕੇ ਨੀਲ ਕੱਪੜੇ ਧੋਣ ਸੂਲਾ ਵੀ ਨਹੀਂ ਮਾਰਦੇ ਡੈ ਪੈਣੇ ਬਾ ਫਟਾਫਟ ਸੂਲਾ ਨਹੀਂ ਮਾਰੀ ਕਿਸੇ ਨੂੰ ਫਤਿਹ ਤੇ ਪੁੱਛਦਾ ਸੀਰਤ ਕੋ ਨਹੀਂ ਪੁੱਛਦੀ ਕਿਸੇ ਨੂੰ ਬਈ ਇਹਦੇ ਆਪਣਾ ਆਪਣਾ ਖਾਣ ਦਾ ਕਰਦੀ ਨਹੀਂ ਕਿਹਨੂੰ ਸਲਾਹ ਮਾਰਦੀ ਬਈ ਖਾ ਲਓ ਸਪਰਿੰਗ ਰੋਲ ਵੀ ਆ ਗਏ ਨੇ ਸਾਡੇ ਨਾਲ ਦੀ ਨਾਲ ਆ ਗਏ ਨੇ ਹੱਕਾ ਨੂਡਲਸ ਬਹੁਤ ਜ਼ਬਰਦਸਤ ਨੇ ਇਹਨਾਂ ਦੀ ਯੰਮੀ ਆ ਮੈਨੂੰ ਇਹਨਾਂ ਦੀ ਵੈਜੀਟੇਬਲ ਜਿਹੜੀ ਹੁੰਦੀ ਹੈ ਨਾ ਸਟੀਮ ਅਲਟੀਮੇਟ ਨਜ਼ਾਰਾ ਆ ਜਾਂਦਾ ਬਾਈ ਆਓ ਗਾਈਸ ਤੁਹਾਨੂੰ ਵੀ ਖਵਾਈਏ ਮੰਮਾ ਜੀ ਕਿੱਧਰ ਗਈਆਂ ਨੇ
ਉਹ ਦੋਵੇਂ ਲੰਡਨ ਕਾਰਟਨ ਚ ਵੜ ਗਈਆਂ ਨੇ ਆਪਣੇ ਵੇਖਣ ਸ਼ੂ ਜੁੱਤੀਆਂ ਜਾਤੀਆਂ ਗਈਆਂ ਕਹਿ ਕਿ ਨਹੀਂ ਪਤਾ ਮਾਮਾ ਨੂੰ ਆਜੋ ਜਲਦੀ ਨਹੀਂ ਮਿਲਿਆ ਮੰਮੀ ਵਾਸਤੇ ਮਿਲਿਆ ਕਿ ਨਹੀਂ ਕੁਛ ਚਲੋ ਪਹਿਲਾਂ ਖਾ ਲਓ ਫਿਰ ਲੈਂਦੇ ਹਾਂ ਆਹ ਤੇ ਰਗੜ ਚੱਲੇ ਨੇ ਫਟਾਫਟ ਸਪਰਿੰਗ ਰੋਲ ਟੇਸਟੀ ਨੇ ਫਟਾਫਟ ਕਹਿ ਪੋ ਮਨਚੂਰੀਅਨ ਕਦੋਂ ਬੋਲੇ ਨੇ ਅਜੇ ਸਪਰਿੰਗ ਰੋਲ ਹੱਕਾ ਨੂਡਲਸ ਬੋਲੇ ਨੇ ਹੋਰ ਤਾਂ ਕੁਛ ਬੋਲੇ ਨਹੀਂ ਅਜੇ ਹਨਾ ਸੀ ਇਹ ਦੋ ਹੀ ਚੀਜ਼ਾਂ ਸੀ ਨਾ ਦਾਦੀ ਨੂੰ ਤਾਂ ਮੈਨੂੰ ਮਿਲ ਗਈ ਹੁਣ ਸੀਰ ਤੇ ਰਹਿ ਗਿਆ ਸੋਹਣਾ ਸੀ ਤੇਰੀ ਉਹ ਡਰੈਸ ਨਾਲ ਵੀ ਮੈਚ ਮੈਂ ਵੀ ਫਿਰ ਡੈਡੀ ਦੀ ਪੇਸਟੀ ਵੀ ਇੱਥੋਂ ਹੀ ਲੈ ਲਓ ਫਿਰ ਡੈਡੀ ਵਾਸਤੇ ਨਾ ਪੇਸਟੀ ਲੈ ਆਓ ਸਵਾ ਅੱਠ ਹੋ ਗਏ ਨੇ ਤੇ ਆਪਾਂ ਦੇਖੋ ਹੁਣ ਕੀ ਰੋਲਾ ਪਾਇਆ ਤੂੰ ਕੀ ਪ੍ਰੋਬਲਮ ਹੈ ਕਿਹੜੀ ਥੋੜੀ ਰੀਡਿੰਗ ਕਰ ਲੈ ਮੇਰੇ ਬੱਚੂ ਫਿਰ ਥੱਕੇ ਹੋ ਫਿਰ ਸੋ ਛੇਤੀ ਉੱਠਣਾ ਆਪਣੀ ਰੀਡਿੰਗ ਲੈ ਲੈ ਜਿੰਨੀ ਦੇਰ ਹੁੰਦੀ ਠੀਕ ਹੈ ਨਾ ਕਰ ਲੈ ਮੇਰੇ ਬੱਚੂ